ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੋਕੇਸ਼ ਮਹਿਤਾ ਬਟਾਲਾ ਬ੍ਰਾਂਚ ਚੋਂ ਦਾ ਇਮੀਗ੍ਰੇਸ਼ਨ ਲੌਂਜ ਤੋਂ ਅੱਜ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਇੱਕ ਸਕਸੈਸ ਸਟੋਰੀ ਲੈ ਕੇ ਸਪਾਊਸ ਓਪਨ ਵਰਕ ਪਰਮਿਟ ਦੀ ਤੋਂ ਸਾਡੇ ਨਾਲ ਨੇ ਅੱਜ ਸਾਹਿਲ ਸ਼ਰਮਾ ਜੋ ਪਠਾਨਕੋਟ ਤੋਂ ਬਿਲੋਂਗ ਕਰਦੇ ਇਹਨਾਂ ਦੀ ਪਾਸਪੋਰਟ ਰਿਕੁਐਸਟ ਆਈ ਹੈ ਸਪਾਊਸ ਓਪਨ ਵਰਕ ਪਰਮਿਟ ਦੀ ਬਾਕੀ ਸਾਹਿਲ ਤੋਂ ਪੁੱਛਦੇ ਹਾਂ ਉਹਨਾਂ ਦਾ ਓਵਰਆਲ ਐਕਸਪੀਰੀਅੰਸ ਕਿੱਦਾਂ ਰਿਹਾ ਉਹਨਾਂ ਦੀ ਸਾਡੀ ਕੰਪਨੀ ਰਿਲੇਟਿਡ ਮਤਲਬ ਜਦੋਂ ਸਾਡੇ ਕੋਲ ਆਏ ਸੀਗੇ ਕੀ ਉਹਨਾਂ ਦੇ ਮਾਈਂਡ 'ਚ ਕੀ ਕੁਆਰੀਜ਼ ਸੀਗੀਆਂ ਅਤੇ ਅਸੀਂ ਕਿੱਦਾਂ ਉਹਨੂੰ ਜਸਟੀਫਾਈ ਕਰ ਪਾਏ ਪਹਿਲਾਂ ਤਾਂ ਸਾਹਿਲ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਪਾਸਪੋਰਟ ਰਿਕੁਐਸਟ ਆਈ ਪਰ ਸਾਡੇ ਵੀਰਸ ਨੂੰ ਦਿਖਾ ਦਿਓ ਪਾਸਪੋਰਟ ਰਿਕੁਐਸਟ ਜੀ ਥੈਂਕ ਯੂ ਸੋ ਸਾਹਿਲ ਇੱਕ ਜਸਟ ਇੱਕ ਸ਼ਾਰਟ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਵੀਰਸ ਨੂੰ ਜਿਹੜੇ ਕਿ ਸਪਾਊਸ ਉੱਪਰ ਡਾਕੂਮੈਂਟ ਲਗਵਾਉਣਾ ਚਾਹੁੰਦੇ ਆ ਬਾਕੀ ਜਿੱਦਾਂ ਤੁਹਾਡਾ ਪਾਸਪੋਰਟ ਸਟੈਂਪ ਹੋ ਕੇ ਆਊਗਾ ਜਾਂ ਤੁਸੀਂ ਸਪੈਸ਼ਲ ਇੰਡੀਆ ਆਏ ਹੋਏ ਆ ਤੇ ਉਹ ਤੁਹਾਡੇ ਨਾਲ ਪ੍ਰੋਪਰ ਇੰਟਰਵਿਊ ਕੰਡਕਟ ਕਰਾਂਗੇ ਅਸੀਂ ਤੁਸੀਂ ਜਸਟ ਇੱਕ ਦੱਸੋ ਕਿ ਤੁਹਾਡੀ ਟਾਈਮਲਾਈਨ ਕੀ ਹੈ ਕਦੋਂ ਫਾਈਲ ਆਈ ਸੀ ਕਦੋਂ ਤੁਹਾਡੀ ਪਾਸਪੋਰਟ ਰਿਕੁਐਸਟ ਆਈ ਹੈ ਉਹ ਵੀਰਸ ਨੂੰ ਦੱਸ ਦਿਓ ਸਾਡੇ ਮੇਰੀ ਫਾਈਲ ਲੱਗੀ ਸੀ 17 ਸਪਟੰਬਰ 21 ਨੂੰ ਐਂਡ 30 ਮਾਰਚ ਨੂੰ ਮੇਰੀ ਪਾਸਪੋਰਟ ਰਿਕੁਐਸਟ ਆ ਗਈ ਐਂਡ ਵਿਦ ਇਨ 6 ਮੰਥ ਆ ਗਈ ਐਂਡ ਜਦੋਂ ਸਰ ਨੂੰ ਮੈਂ ਮਿਲਿਆ ਸੀ ਪਹਿਲਾਂ ਆ ਕੇ ਉਹਨਾਂ ਨੇ ਕਾਫੀ ਸਾਰਾ ਕੁਝ ਸਟਾਰਟਿੰਗ 'ਚ ਦੱਸਿਆ ਐਂਡ ਕਾਫੀ ਵਧੀਆ ਰਿਹਾ ਜੋ ਵੀ ਲਾਈਕ ਡਾਕੂਮੈਂਟ ਚਾਹੀਦੇ ਸੀ ਉਹਨਾਂ ਨੇ ਪਹਿਲਾਂ ਸਾਰਾ ਕੁਝ ਦੱਸਿਆ ਐਂਡ ਅਸੀਂ ਵੀ ਪ੍ਰੋਵਾਈਡ ਕੀਤਾ ਐਂਡ ਫਾਈਨਲੀ ਵਿਦ ਇਨ 6 ਮੰਥ ਮੇਰੀ BPR ਆ ਗਈ ਹੈ ਸੋ ਕੰਗ੍ਰੈਚੁਲੇਸ਼ਨਸ ਜੀ ਬਹੁਤ ਬਹੁਤ ਮੁਬਾਰਕਾਂ ਤੇ ਉਹਨਾਂ ਦੇ ਫਾਦਰ ਵੀ ਸਾਡੇ ਨਾਲ ਨੇ ਸੋ ਅੰਕਲ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਵੀਰਸ ਨੂੰ ਕਿੱਦਾਂ ਦੀ ਸਰਵਿਸਿਸ ਲੱਗੀਆਂ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਜੀ ਹਾਂ ਮੈਂ ਵੀ ਸਾਲ ਦੇ ਨਾਲ ਆਇਆ ਦੋ ਵਾਰੀ ਤੁਹਾਡੇ ਆਫਿਸ ਚ ਤੁਹਾਡਾ ਸਰਵਿਸ ਬਹੁਤ ਵਧੀਆ ਜੋ ਵੀ ਤੁਹਾਨੂੰ ਸਮਝਾਇਆ ਬਹੁਤ ਵਧੀਆ ਅੱਛੇ ਤਰੀਕੇ ਨਾਲ ਸਾਰਾ ਕੁਝ ਦੱਸਿਆ ਸਾਨੂੰ ਗਾਈਡ ਕੀਤਾ ਬਹੁਤ ਵਧੀਆ ਕੀਤਾ ਥੈਂਕ ਯੂ ਸੋ ਮਚ ਫਾਰ ਯੂਰ ਟਰਸਟ ਆਨ ਦਾ ਇਮੀਗ੍ਰੇਸ਼ਨ ਲਾਂਚ ਸੋ ਹੋਪ ਕਰਦੇ ਹਾਂ ਨਵੀਆਂ ਪਾਸਪੋਰਟ ਰਿਕੁਐਸਟਾਂ ਵੀ ਆਉਣਗੀਆਂ ਤੇ ਅਸੀਂ ਫਿਰ ਰੂਬਰੂ ਹੋਵਾਂਗੇ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਪਾਸਪੋਰਟ ਰਿਕੁਐਸਟ ਲਾ ਕੇ ਬਾਕੀ ਤੁਹਾਡੇ ਮਾਈਂਡ ਦੇ ਵਿੱਚ ਕੋਈ ਵੀ ਕੁਆਰੀ ਹੈ ਰਿਗਾਰਡਿੰਗ ਦ ਸਪਾਊਸ ਓਪਨ ਵਰਕ ਪਰਮਿਟ ਸਟੱਡੀ ਵੀਜ਼ਾ ਔਰ ਪਰਮਨੈਂਟ ਰੈਜ਼ੀਡੈਂਸ ਦੀ ਯੂ ਕੈਨ ਵਿਜ਼ਿਟ ਅਵਰ ਜਲੰਧਰ ਜਾਂ ਬਟਾਲਾ ਬ੍ਰਾਂਚ ਤੇ ਮਿਸਟਰ ਜਤਿਨ ਸਾਹਨੀ ਵੀ ਇੰਡੀਆ ਅਵੇਲੇਬਲ ਹੈਗੇ ਆ ਤੁਸੀਂ ਉਹਨਾਂ ਨੂੰ ਮਿਲਣਾ ਤੁਸੀਂ ਅਪਾਇੰਟਮੈਂਟ ਬੁੱਕ ਕਰਕੇ ਉਹਨਾਂ ਨੂੰ ਮਿਲ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ